ਆੜੂ। ਹਾਂਜੀ ਆੜੂ ਜੀ, ਆੜੂ ਜੀ, ਆੜੂ ਦੇਖ ਸਕਦੇ ਆ ਜੀ, ਲੱਗੇ ਆ ਜੀ ਆੜੂ, ਪੱਕਣਾ ਸ਼ੁਰੂ ਆ, ਖਾਣ ਦੀ ਤਿਆਰੀ ਆ। ਆੜੂ ਜੀ, ਧਨੀਆ, ਧਨੀਆ ਜੀ, ਧਨੀਆ ਜੀ, ਇਹ ਕੀ ਚੀਜ਼ ਹੈ ਜੀ? ਇਹ ਚੀਕੂ, ਇਹ ਚੀਕੂ ਦਾ ਬੂਟਾ ਆ, ਔਰ ਆ ਹੈਗੀ ਸਟ੍ਰਾਬੇਰੀ। ਮੈਨੂੰ ਸਟ੍ਰਾਬੇਰੀ ਦਿਖਾਓ ਜੀ ਥੋੜੀ ਜਿਹੀ, ਮੈਂ ਦੇਖਣੀ ਚਾਹੂੰਗਾ। ਆ ਸਟ੍ਰਾਬੇਰੀਆਂ ਲੱਗੀਆਂ ਜੀ, ਦੇਖ ਸਕਦੇ ਹੋ। ਹੈਲੋ ਜੀ, ਆਹ ਦੇਖੋ ਲਾਲ ਹੋਈਆਂ, ਹੈਲੋ ਜੀ ਲਾਲ ਹੋਈਆਂ ਦੇਖੋ ਜੀ, ਹਾਂਜੀ ਆਹ ਪੱਕਣੀਆਂ, ਠੀਕ ਹੈ ਜੀ। ਇਹ ਤੁਲਸੀ ਦਾ ਬੂਟਾ, ਇਹ ਤੁਲਸੀ ਦਾ ਬੂਟਾ ਜੀ, ਓਕੇ ਸਰ। ਸਰਦੀਆਂ 'ਚ ਹੁੰਦਾ। ਚਲੋ ਜੀ ਅੱਗੇ, ਲੀਚੀ ਦਾ ਬੂਟਾ ਲਾਇਆ ਜੀ ਇਹਨਾਂ ਨੇ ਕੋਠੇ ਤੇ। ਸੌਂਫ, ਬਾਕੀ ਫੁੱਲ ਹੈਗੇ ਆ ਜੀ, ਇਹ ਜੀ ਐਪਲ ਬੇਰ ਵੀ ਨੀ, ਦੇਖੋ ਕੋਠੇ ਤੇ ਲਾ ਛੱਡਿਆ ਆ, ਧਿਆਨ ਨਾਲ ਦੇਖੋ ਜੀ। ਲੋਕੀ ਕਹਿੰਦੇ ਪਤਾ ਨੀ ਸਾਡੇ ਧਰਤੀ ਤੇ ਹੋਣੇ ਕਿ ਨਹੀਂ ਹੋਣੇ, ਇਹਨਾਂ ਨੇ ਕੋਠੇ ਤੇ ਲਗਾ ਕੇ ਤਿਆਰ ਕਰ ਦਿੱਤਾ ਜੀ। ਆ ਲਓ ਐਪਲ ਬੇਰ, ਬਹੁਤ ਲੱਗੇ ਸੀ ਐਤਕੀ, ਬਹੁਤ ਲੱਗੇ ਸੀ ਐਤਕੀ। ਇੱਕ ਬੇਰ ਕਿੰਨੇ ਕ ਲੱਗੇ ਸੀ ਜੀ? ਬਹੁਤ ਜ਼ਿਆਦਾ, ਬਹੁਤ ਲੱਗੇ ਸੀਗੇ, ਐਡੇ ਮੋਟੇ ਸੀਗੇ। ਕੀ ਬਾਤ ਹੈ ਜੀ, ਕੀ ਬਾਤ ਹੈ। ਇਹ ਧਨੀਆ ਵਿੱਚ ਆ ਗਿਆ, ਇਹ ਧਨੀਆ, ਆ ਲੈਟਸ, ਇਹ ਕੀ ਹੈ ਜੀ? ਲੈਟਸ, ਕੀ ਬਾਤ ਹੈ। ਇਹ ਪਿਆਜ਼, ਇਹ ਪਿਆਜ਼, ਟਮਾਟਰ, ਇਹ ਟਮਾਟਰ, ਆ ਬੈਂਗਣ ਦਾ ਬੂਟਾ ਜੀ, ਬੈਂਗਣ ਲੱਗੇ। ਹੈਲੋ ਜੀ, ਬੈਂਗਣ ਵੀ ਦੇਖੋ ਲੱਗੇ, ਹਾਂ ਲੱਗੇ ਆ, ਕਿੰਨੇ ਸੋਹਣੇ ਬੈਂਗਣ ਦੇ, ਠੀਕ ਹੈ ਜੀ। ਔਰ ਸਾਰਾ ਇਹ ਔਰਗੈਨਿਕ ਆ ਜੀ, 100% ਔਰਗੈਨਿਕ। ਹਾਂਜੀ, ਤਰ ਨਹੀਂ ਹੁੰਦੀ, ਆ ਤਰਾਂ ਦੀ ਵੇਲ ਆ ਜੀ, ਕੱਕੜੀ, ਤਰ, ਉਹ ਵਾਹ ਜੀ ਵਾਹ, ਇਹ ਮੂਲੀ ਆ ਜੀ, ਕੀ ਬਾਤ ਆ, ਬੜੀ ਖਤਰਨਾਕ ਮੂਲੀ ਹੈ ਜੀ ਇਹ ਤਾਂ। ਦੇਸੀ ਖਾਦ ਤਿਆਰ ਹੋ ਰਹੀ ਹੈ ਜੀ ਇਹਨਾਂ ਦੀ, ਦੇਖੋ ਧਿਆਨ ਨਾਲ, ਜਿੰਨਾ ਵੀ ਗਾਰਵੇ ਹੁੰਦਾ ਸਾਰਾ ਇਹ, ਜੋ ਇਹਦੇ ਵਿੱਚ ਮਟਰਾਂ ਦੀਆਂ ਫਲੀਆਂ, ਚਾਹ ਪੱਤੀ, ਹੋਰ ਲਟਰਮ ਪਟਰਮ, ਗਾਜਰਾਂ ਦੇ ਛਿਲਕੇ, ਮਟਰਾਂ ਦੇ ਛਿਲਕੇ ਹੁੰਦਾ, ਸਾਰਾ ਕੁਝ ਇਕੱਠਾ ਕਰਕੇ ਦੇਸੀ ਖਾਦ ਤਿਆਰ ਕਰਦੇ ਆ ਜੀ। ਆ ਭਿੰਡੀ ਲੱਗੀ ਆ, ਭਿੰਡੀ ਵੀ ਬੀਜਤੀ ਜੀ ਇਹਨਾਂ ਨੇ, ਅੱਗੇ ਆਉਣ ਲਈ ਭਰ ਕੇ ਬਣਾਉਣੀ ਆ ਜੀ।